ਹੋਇਆ ਇਹ ਕਿ ਦੁਕਾਨ ਤੇ ਇਹਨਾਂ ਦੀ ਮੰਮੀ ਗੱਲ ਕਰਦੇ ਪਏ ਸੀ ਤੇ ਉਹ ਦੋ ਮੁੰਡੇ ਆਏ ਫੋਨ ਖੋ ਕੇ ਗਾ ਗਏ ਤੇ ਪਬਲਿਕ ਸਾਰੇ ਉਹਨਾਂ ਰੋਲਾ ਰੋਲਾ ਪਾਇਆ ਤੇ ਸਾਰੀ ਪਬਲਿਕ ਇਕੱਠੀ ਹੋ ਗਈ ਮਤਲਬ ਵਾਂਡ ਵਾਂਡ ਸਾਰਾ ਹੀ ਇਕੱਠਾ ਹੋ ਗਿਆ ਤੇ ਮਗਰ ਮਗਰ ਭੱਜੇ ਹਾਰ ਕੇ ਇਹਨਾਂ ਨੂੰ ਫੜਿਆ ਵਾ ਮੁੰਡਿਆਂ ਨੂੰ ਜਦ ਕਿ ਸਪਸ਼ਟ ਦੇਖ ਰਿਹਾ ਕਿ ਚੋਰ ਨੂੰ ਫੜਿਆ ਆ ਚੋਰ ਨੇ ਤੋਂ ਮੋਬਾਈਲ ਉਹਨਾਂ ਬਰਾਮਦ ਕਰਵਾਇਆ ਵਾ ਪਰ ਪੁਲਿਸ ਨੇ ਕਾਰਵਾਈ ਉਲਟੀ ਜਿਹੜੀ ਇਹਨਾਂ ਤੇ ਕਰ ਦਿੱਤੀ ਆ ਕਿ ਤੁਸੀਂ ਉਸ ਬੰਦੇ ਨੂੰ ਫੜਿਆ ਆ ਔਰ ਉਹਦੀ ਕੁੱਟਮਾਰ ਕੀਤੀ ਆ ਤੇ ਤੁਸੀਂ ਉਹਦੇ ਕੋਲ ਪੈਸੇ ਖੋਏ ਨੇ ਹਾਂਜੀ ਜੇ ਇਹਨਾਂ ਨੇ ਫੜਿਆ ਵੀ ਹੈਗਾ ਪਰ ਆਪਾਂ ਨੂੰ ਕੋਈ ਦਰਖਾਸਤ ਦਿੰਦੇ ਨਾ ਕਿ ਸਾਨੂੰ ਪੁਲਿਸ ਨੂੰ ਨੋਟ ਕਰਾਉਂਦੇ ਜਾਂ ਦੱਸਦੇ ਪੁਲਿਸ ਨੂੰ ਆ ਕੇ ਪੁਲਿਸ ਨੂੰ ਦੱਸਿਆ ਦਾ ਮਤਲਬ ਇਹ ਤੁਸੀਂ ਬੰਦਾ ਫੜਦੇ ਤੁਸੀਂ ਉਹਨੂੰ ਕੁੱਟਮਾਰ ਥੋੜੀ ਕਰ ਸਕਦੇ ਐਸ ਪਰ ਲਾਅ ਇਹਨਾਂ ਨੇ ਉਹਨੂੰ ਕੁੱਟਮਾਰ ਕਰਕੇ ਉਹਦੀ ਲੱਤ ਤੋੜੀ ਆ ਜੀ ਫਿਰ ਜੋ ਵੀ ਉਹਦਾ ਬਣਦੀ ਕਾਰਵਾਈ ਸੀ ਤੇ ਅਸੀਂ ਉਹਨਾਂ ਦੇ ਤੇ ਲਿਆਂਦੀ ਜਿਹੜੇ ਕੱਲ੍ਹ ਗਵਾਹੀਆਂ ਦੇਣ ਵਾਸਤੇ ਗਏ ਸੀ ਉਹਨਾਂ ਨੂੰ ਤਕਰੀਬਨ 2 ਘੰਟੇ ਬਿਠਾਇਆ ਗਿਆ ਪਰ ਕਿਸੇ ਦੀ ਗਵਾਹੀ ਨਹੀਂ ਲਈ ਗਈ ਉਲਟਾ ਉਹਨਾਂ ਨੂੰ ਬਾਰ ਬਾਰ ਇਹੋ ਕਹੀ ਜਾ ਰਿਹਾ ਕਿ ਤੁਹਾਨੂੰ ਕੋਰਟ 'ਚ ਜਾਣਾ ਪਊਗਾ ਜਦ ਕੋਈ ਲੋਕ ਜਾਣ ਨੂੰ ਤਿਆਰ ਨੇ ਅੱਜ ਕਿਸੇ ਨਾਲ ਬੇਇਨਸਾਫੀ ਹੋ ਰਹੀ ਆ ਜੋ ਮਹੱਲੇ ਵਾਲੇ ਸਾਥ ਦੇ ਰਹੇ ਨੇ ਤੇ ਪੁਲਿਸ ਉਹਦਾ ਪੱਖ ਲਵੇ ਤੇ ਸਰ ਉਹਨਾਂ ਵਿੱਚ ਜਿਹੜਾ ਮੁੰਡੇ 2 ਭੱਜੇ ਸੀ ਉਹਨਾਂ ਨੇ 1 ਨੂੰ ਫੜਿਆ ਗਿਆ ਹਾਂਜੀ ਤੇ 1 ਤੇ ਭੱਜ ਗਿਆ ਸੀ ਹਾਂਜੀ ਸਾਨੂੰ ਦਰਖਾਸਤ ਨਹੀਂ ਦਿੱਤੀ ਉਹਨਾਂ ਨੇ ਦਰਖਾਸਤ ਦੇਣਗੇ ਤੇ ਅਸੀਂ ਕਾਰਵਾਈ ਕਰਾਂਗੇ ਫਿਰ ਉਹਨਾਂ ਮੁੰਡਿਆਂ ਨੇ ਮਾਫੀਆਂ ਮੁਫੀਆਂ ਸਾਡੇ ਕੋਲ ਮੰਗੀਆਂ ਤੁਹਾਨੂੰ ਪੁਲਿਸ 'ਚ ਨਾ ਦਿਓ ਸਾਡੇ ਤੇ ਕਾਰਵਾਈ ਨਾ ਕਰੋ ਤੇ ਅਸੀਂ ਜੋ ਵੀ ਤੁਸੀਂ ਕਹੋਗੇ ਅਸੀਂ ਠੀਕ ਹੈ ਸਹਿਮਤ ਆ ਹਾਰ ਕੇ ਚਲੋ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਸਾਨੂੰ ਫੋਨ ਮਿਲ ਗਿਆ ਠੀਕ ਆ ਹਾਰ ਕੇ ਥੋੜੀ ਦੇਰ ਹੋਈ ਆ ਤਾਂ ਬੱਚਿਆਂ ਤੇ ਆ ਕੇ ਉਹ ਮੁੰਡੇ ਲੈ ਕੇ ਆਏ ਬੰਦੇ ਲੈ ਕੇ ਆਏ ਤੇ ਨਾ ਬੱਚਿਆਂ ਨੂੰ ਮਾਰ ਕੁੱਟ ਕੀਤੀ ਆ ਤੇ ਸਾਨੂੰ ਤਾਂ ਇਨਸਾਫ ਚਾਹੀਦਾ ਸਾਡੀ ਤਾਂ ਪੁਲਿਸ ਵੀ ਨਹੀਂ ਸੁਣਵਾਈ ਕਰਦੀ ਪਈ ਆ ਅੰਮ੍ਰਿਤਸਰ ਦੇ 88 ਫੁੱਟ ਰੋਡ ਸਥਿਤ 2 ਬੱਚਿਆਂ ਨੇ ਮੁਹੱਲੇ ਦੇ ਲੋਕਾਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਤੇ ਗੰਭੀਰ ਆਰੋਪ ਲਗਾਏ ਇਸ ਮੌਕੇ ਤੇ ਉਹਨਾਂ ਨਾਲ ਭਗਵਾਨ ਬਾਲਮੀਕ ਸੰਘਰਸ਼ ਦਲ ਦੇ ਨੁਮਾਇੰਦੇ ਵੀ ਮੌਜੂਦ ਸਨ ਆਰੋਪ ਨੇ ਕਿ ਪੁਲਿਸ ਨੇ ਬੱਚਿਆਂ ਦੇ ਭਰਾ ਤੇ ਮਾਤਾ ਪਿਤਾ ਖਿਲਾਫ ਝੂਠਾ ਪਰਚਾ ਦਰਜ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਮੌਜੂਦਾ ਲੋਕਾਂ ਨੇ ਦੱਸਿਆ ਕਿ ਲਗਭਗ 20 ਦਿਨ ਪਹਿਲਾਂ ਬੱਚਿਆਂ ਦੀ ਮਾਂ ਮੀਨਾ ਕੁਮਾਰੀ ਸ਼ਾਮ ਵੇਲੇ ਕਰਿਆਨੇ ਦੀ ਦੁਕਾਨ ਤੇ ਬਾਹਰ ਬੈਠੀ ਹੋਈ ਸੀ ਕਿ 2 ਨੌਜਵਾਨਾਂ ਦਾ ਮੋਬਾਈਲ ਖੋ ਕੇ ਭੱਜ ਗਏ ਇਸੇ ਦੌਰਾਨ ਮੀਨਾ ਕੁਮਾਰੀ ਚੀਕਾਂ ਮਾਰਦੇ ਹੋਏ ਉਹਨਾਂ ਦੇ ਪਿੱਛੇ ਭੱਜੀ ਤਾਂ ਚੀਕ ਝਾੜਾ ਸੁਣ ਕੇ ਮਹੱਲੇ ਵਾਲੇ ਵੀ ਉਸ ਦੇ ਨਾਲ ਭੱਜ ਕੇ ਤੇ ਝਾੜੀਆਂ ਚਲੂ ਕੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ ਮੋਬਾਈਲ ਬਰਾਮਦ ਕੀਤਾ ਉਹਨਾਂ ਦੱਸਿਆ ਕਿ ਮੋਬਾਈਲ ਬਾਰੇ ਪੁੱਛਣ ਲਈ ਉਹਨਾਂ ਉਸ ਨੂੰ 2-4 ਥੱਪੜ ਵੀ ਮਾਰੇ ਜਿਸ ਤੋਂ ਬਾਅਦ ਮੋਬਾਈਲ ਖੋਣ ਵਾਲਾ ਨੌਜਵਾਨ ਨੇ ਮਹੱਲੇ ਵਾਸੀਆਂ ਤੋਂ ਮਾਫੀ ਮੰਗੀ ਤੇ ਕਿਹਾ ਕਿ ਉਹ ਮੋਬਾਈਲ ਦੇ ਦਿੰਦਾ ਪਰ ਉਸ ਨੂੰ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਜਿਸ ਤੇ ਮਹੱਲੇ ਵਾਲਿਆਂ ਨੇ ਉਸ ਨੂੰ ਛੱਡ ਦਿੱਤਾ ਤੇ ਉਹ ਚਲਾ ਗਿਆ ਪਰਿਵਾਰ ਨੇ ਆਰੋਪ ਲਗਾਇਆ ਕਿ ਕੁਝ ਦੇਰ ਬਾਅਦ ਉਹ 20 ਬਾਈ ਸਾਥੀਆਂ ਨਾਲ ਆਇਆ ਤੇ ਉਸ ਦੇ ਘਰ ਤੇ ਹਮਲਾ ਕਰ ਦਿੱਤਾ ਜਿੱਥੇ ਉਹਨਾਂ ਨੇ ਬੱਚੀਆਂ ਦੇ ਥੱਪੜ ਮਾਰੇ ਤੇ ਉਹਨਾਂ ਦੇ ਭਰਾ ਦੇ ਸੱਟਾ ਮਾਰ ਕੇ ਫਰਾਰ ਹੋ ਗਏ ਜਿਸ ਦੀ ਕਿ ਉਹਨਾਂ ਵੱਲੋਂ 112 ਤੇ ਸ਼ਿਕਾਇਤ ਵੀ ਦਰਜ ਕਰਾਈ ਗਈ ਮੌਜੂਦ ਲੋਕਾਂ ਨੇ ਆਰੋਪ ਲਗਾਇਆ ਕਿ ਮੋਬਾਈਲ ਖੋਣ ਵਾਲੇ ਨੌਜਵਾਨ ਨੇ ਹੁਣ ਉਹਨਾਂ ਖਿਲਾਫ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ ਜੋ ਕਿ ਪੁਲਿਸ ਉਹਨਾਂ ਦੀ ਬਿਲਕੁਲ ਵੀ ਸੁਣਵਾਈ ਨਹੀਂ ਕਰ ਰਹੀ ਤੇ ਉਹਨਾਂ ਨਾਲ ਧੱਕਾ ਹੋ ਰਿਹਾ ਇਸ ਮੌਕੇ ਸੰਸਥਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਪੀੜਤ ਪੱਖ ਨੂੰ ਇਨਸਾਫ ਨਾ ਦਿੱਤਾ ਤਾਂ ਉਹ ਸੰਘਰਸ਼ ਕਰਨਗੇ ਤੇ ਜ਼ਰੂਰਤ ਪਈ ਤਾਂ ਥਾਣੇ ਸਦਰ ਦਾ ਘਰੋ ਵੀ ਕਰਨਗੇ ਹਾਂਜੀ ਕੀ ਨਾਮ ਜੀ ਹਾਂ ਮੇਰਾ ਨਾਮ ਬਬਲੀ ਕਿੱਥੋਂ ਦੇ ਰਹਿਣ ਵਾਲੇ ਅਸੀਂ ਇੱਥੇ ਦਾ ਰਹਿਣ ਵਾਸੀ ਪੁੱਟ ਦੇ ਰਹਿਣ ਵਾਲੇ ਜੀ ਕੀ ਹੋਇਆ ਮਤਲਬ ਹੋਇਆ ਇਹ ਕਿ ਦੁਕਾਨ ਤੇ ਇਹਨਾਂ ਦੇ ਮੰਮੀ ਗੱਲ ਕਰਦੇ ਪਏ ਸੀ ਤੇ ਉਹ 2 ਮੁੰਡੇ ਆਏ ਫੋਨ ਖੋ ਕੇ ਗਾ ਗਏ ਤੇ ਪਬਲਿਕ ਸਾਰੇ ਉਹਨਾਂ ਰੋਲਾ ਰੋਲਾ ਪਾਇਆ ਤੇ ਸਾਰੀ ਪਬਲਿਕ ਇਕੱਠੀ ਹੋ ਗਈ ਮਤਲਬ ਵਾਂਡ ਵਾਂਡ ਸਾਰਾ ਹੀ ਇਕੱਠਾ ਹੋ ਗਿਆ ਤੇ ਮਗਰ ਮਗਰ ਭੱਜੇ ਹਾਰ ਕੇ ਇਹਨਾਂ ਨੂੰ ਫੜਿਆ ਵਾ ਮੁੰਡਿਆਂ ਨੂੰ ਅਸੀਂ ਮਤ ਇਤਨਾ ਵੀ ਨਹੀਂ ਉਹਨੂੰ ਮਾਰਿਆ ਕਿ ਉਹ ਲੱਤਾਂ ਤੇ ਚੱਲ ਨਾ ਸਕੇ ਲੱਤਾਂ ਤੇ ਚੱਲਦੇ ਪਏ ਅਸੀਂ ਸਭ ਕੁਝ ਠੀਕ ਠਾਕ ਹੀ ਅਸੀਂ ਫੋਨ ਮੰਗਿਆ ਉਹ ਫੋਨ ਨਾ ਦੱਸਣ ਅਸੀਂ ਫਿਰ ਸਾਰੀ ਪਬਲਿਕ ਨੇ ਕੋ ਫੋਨ ਮੰਗਿਆ ਤਾਂ ਹਰ ਕਰਾਂ ਨੇ ਫੋਨ ਦਿੱਤਾ ਫਿਰ ਉਹਨਾਂ ਮੁੰਡਿਆਂ ਨੇ ਮਾਫੀਆਂ ਮੁਫੀਆਂ ਸਾਡੇ ਕੋ ਮੰਗੀਆਂ ਤੁਹਾਨੂੰ ਪੁਲਿਸ 'ਚ ਨਾ ਦਿਓ ਸਾਡੇ ਤੇ ਕਾਰਵਾਈ ਨਾ ਕਰੋ ਤੇ ਅਸੀਂ ਜੋ ਵੀ ਤੁਸੀਂ ਕਹੋਗੇ ਅਸੀਂ ਠੀਕ ਹੈ ਸਹਿਮਤ ਆ ਹਾਰ ਕੇ ਚਲੋ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਸਾਨੂੰ ਫੋਨ ਮਿਲ ਗਿਆ ਠੀਕ ਆ ਹਾਰ ਕੇ ਥੋੜੀ ਦੇਰ ਹੋਈ ਆ ਤਾਂ ਬੱਚਿਆਂ ਤੇ ਆ ਕੇ ਉਹ ਮੁੰਡੇ ਲੈ ਕੇ ਆਏ ਬੰਦੇ ਲੈ ਕੇ ਆਏ ਤੇ ਨਾ ਬੱਚਿਆਂ ਨੂੰ ਮਾਰ ਕੁੱਟ ਕੀਤੀ ਆ ਤੇ ਸਾਨੂੰ ਤਾਂ ਇਨਸਾਫ ਚਾਹੀਦਾ ਸਾਡੀ ਤਾਂ ਪੁਲਿਸ ਵੀ ਨਹੀਂ ਸੁਣਵਾਈ ਕਰਦੀ ਪਈ ਆ ਸਾਨੂੰ ਚਾਹੀਦਾ ਵੀ ਪੁਲਿਸ ਇਨਸਾਫ ਕਰੇ ਸਾਡਾ ਬਸ ਕਿੰਨੇ ਕੁ ਬੰਦੇ ਸੀ ਜਦੋਂ ਆਏ ਬੰਦੇ 20 ਭਾਈ ਬੰਦੇ ਸੀ 20 ਭਾਈ ਬੰਦੇ ਸੀ ਜਦੋਂ ਮੋਬਾਈਲ ਖੋਇਆ ਤਾਂ ਮੋਬਾਈਲ ਖੋਇਆ ਤਾਂ 2 ਬੰਦੇ ਸੀ ਮੋਬਾਈਲ ਖੋ ਕੇ ਉਹ ਲੈ ਕੇ ਗਏ ਹਾਂਜੀ ਤੇ ਮਾਰ ਕੁੱਟ ਕਰਕੇ ਗਏ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਣ ਦੀ ਕੋਈ ਸੀਸੀਟੀਵੀ ਵੀਡੀਓ ਹੈਗੀ ਬਣੀ ਆ ਨਹੀਂ ਵੀਡੀਓ ਹੈ ਬਣੀ ਹੈ ਵੀਡੀਓ ਹਾਂਜੀ ਤੇ ਸਾਨੂੰ ਇਨਸਾਫ ਚਾਹੀਦਾ ਪੁਲਿਸ ਸਾਡੀ ਸੁਣਵਾਈ ਨਹੀਂ ਕਰਦੀ ਪਈ ਅਸੀਂ ਇਹੀ ਚਾਹਨੇ ਆ ਕਿ ਵਾਂਡ ਵਾਂਡ ਸਾਰਾ ਸਾਡੇ ਨਾਲ ਹੈਗਾ ਤੇ ਸਾਨੂੰ ਇਨਸਾਫ ਚਾਹੀਦਾ ਅੱਜ ਪੁਲਿਸ ਗਾੜੀ ਇਹੀ ਅਰਦਾਸਿਆ ਕਿ ਸਾਡੀ ਗਰੀਬਾਂ ਦੀ ਸੁਣਵਾਈ ਹੋਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਰੋਲ ਸਤੀ ਨਾਮ ਆਪਣਾ ਮੈਂ ਹਰਦੀਪ ਸਿੰਘ ਬੰਗਾਲੀ ਚੇਅਰਮੈਨ ਭਗਵਾਨ ਵਾਲਮੀ ਸੰਘਰਸ਼ ਦਲ ਕੀ ਹੋਇਆ ਮਸਲਾ ਭਾਜੀ ਇਹ ਮਸਲਾ ਜੀ ਸਾਡੀ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ 1 ਮਈ ਨੂੰ ਇਸੇ ਜਗ੍ਹਾ ਤੇ ਇੱਕ ਵਾਕਿਆ ਰਾਤ ਵਾਪਰਿਆ ਕਿ ਜਿਹਦੇ ਵਿੱਚ
ਇਹਨਾਂ ਬੱਚਿਆਂ ਦੇ ਕਹਿਣ ਮੁਤਾਬਕ ਕਿ ਇਹਨਾਂ ਦੀ ਮੰਮਾ ਇੱਥੇ ਦੁਕਾਨ ਤੇ ਬੈਠੇ ਸਨ ਤੇ ਚੋਰ ਆਏ ਔਰ ਉਹਦੇ ਕੋਲ ਮੋਬਾਈਲ ਖੋ ਕੇ ਭੱਜ ਗਏ। ਜਦੋਂ ਉਹਨੇ ਰੌਲਾ ਪਾਇਆ ਤੇ ਮਹੱਲੇ ਵਾਲੇ ਨੇ ਉਹਦਾ ਸਾਥ ਦਿੱਤਾ ਤੇ ਉਹਨਾਂ ਚੋਰਾਂ ਨੂੰ ਫੜਿਆ ਗਿਆ। ਉਹਦੀ ਸੀਸੀਟੀਵੀ ਫੁਟੇਜ ਪੁਲਿਸ ਕੋਲ ਵੀ ਹੈਗੀ ਆ ਔਰ ਸਾਡੇ ਕੋਲ ਵੀ ਹੈਗੀ ਆ। ਔਰ ਪੁਲਿਸ ਜਿਹੜੀ ਆ ਹੁਣ ਤੱਕ ਉਹਦੀ ਜਾਂਚ ਕਰ ਰਹੀ ਸੀ, ਪਰ ਪਤਾ ਨਹੀਂ ਵੀ ਇੰਨੇ ਦਿਨ ਕਿਉਂ ਲੱਗ ਗਏ ਜਾਂਚ ਕਰਦਿਆਂ ਕਿ ਜਿਹੜੀ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਸਕੀ। ਜਦਕਿ ਸਪਸ਼ਟ ਦਿਖ ਰਿਹਾ ਕਿ ਚੋਰ ਨੂੰ ਫੜਿਆ ਆ, ਚੋਰ ਨੇ ਉਹ ਮੋਬਾਈਲ ਉਹਨਾਂ ਬਰਾਮਦ ਕਰਵਾਇਆ ਵਾ, ਪਰ ਪੁਲਿਸ ਨੇ ਕਾਰਵਾਈ ਉਲਟੀ ਜਿਹੜੀ ਇਹਨਾਂ ਦੇ ਕਰ ਦਿੱਤੀ ਆ ਕਿ ਤੁਸੀਂ ਉਸ ਬੰਦੇ ਨੂੰ ਫੜਿਆ ਆ ਔਰ ਉਹਦੀ ਕੁੱਟਮਾਰ ਕੀਤੀ ਆ ਤੇ ਤੁਸੀਂ ਉਹਦੇ ਕੋਲ ਪੈਸੇ ਖੋਏ ਨੇ। ਜਦਕਿ ਪੂਰੇ ਮਹੱਲੇ ਵਾਲੇ ਜਿਹੜੇ ਆ ਇਸ ਪਰਿਵਾਰ ਦੇ ਨਾਲ ਆ ਕਿ ਇਹਦੇ ਨਾਲ ਨਜਾਇਜ਼ ਹੋ ਰਹੀ ਆ, ਇਹ ਤੇ ਝੂਠਾ ਪਰਚਾ ਦਰਜ ਹੋਇਆ ਆ। ਮਹੱਲੇ ਵਾਲੇ ਨੇ ਮੇਜਰ ਨਾਮਾ ਬਣਾ ਕੇ ਦਿੱਤਾ, ਲਿਖ ਕੇ ਦਿੱਤਾ, ਇਕੱਲੇ ਇਕੱਲੇ ਨੇ ਸਾਈਨ, ਮੋਬਾਈਲ ਨੰਬਰ, ਗਵਾਹੀਆਂ ਦੇਣ ਨੂੰ ਤਿਆਰ ਆ। ਅੱਜ ਕਿੰਨੇ ਦਿਨ ਹੋ ਗਏ ਨੇ ਕਿ ਇਹ ਖੱਜਲ ਖੁਆਰ ਹੋ ਰਹੇ ਨੇ, ਉਲਟਾ ਪੁਲਿਸ ਇਹਨਾਂ ਨੂੰ ਹਰਾਸਮੈਂਟ ਕਰ ਰਹੀ ਆ ਕਿ ਤੁਸੀਂ ਜਿਹੜਾ ਵਾ ਵੀ ਇਹਨਾਂ ਤੇ ਪਰਚਾ ਕਰ ਦਿੱਤਾ ਆ। ਜਿਹੜੇ ਗਵਾਹੀਆਂ ਦੇਣ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ? ਜਿਹੜੇ ਕੱਲ ਗਵਾਹੀਆਂ ਦੇਣ ਵਾਸਤੇ ਗਏ ਸੀ ਉਹਨਾਂ ਨੂੰ ਉੱਥੇ ਤਕਰੀਬਨ 2 ਘੰਟੇ ਬਿਠਾਇਆ ਗਿਆ, ਪਰ ਕਿਸੇ ਦੀ ਗਵਾਹੀ ਨਹੀਂ ਲਈ ਗਈ। ਉਲਟਾ ਉਹਨਾਂ ਨੂੰ ਬਾਰ-ਬਾਰ ਇਹੋ ਕਹੀ ਜਾ ਰਿਹਾ ਕਿ ਤੁਹਾਨੂੰ ਕੋਰਟ 'ਚ ਜਾਣਾ ਪਊਗਾ, ਜਦ ਕਿ ਲੋਕ ਜਾਣ ਨੂੰ ਤਿਆਰ ਨੇ। ਅੱਜ ਕਿਸੇ ਨਾਲ ਬੇਇਨਸਾਫੀ ਹੋ ਰਹੀ ਆ, ਜੋ ਮਹੱਲੇ ਵਾਲੇ ਉਹ ਸਾਥ ਦੇ ਰਹੇ ਨੇ ਤੇ ਪੁਲਿਸ ਉਹਦਾ ਪੱਖ ਲਵੇ। ਅਸੀਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਆ ਔਰ ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਆ। ਜਿਨ੍ਹਾਂ ਬੰਦਿਆਂ ਨੇ ਘਿਨਾਉਣੀ ਹਰਕਤ ਕੀਤੀ ਆ, ਜਿਨ੍ਹਾਂ ਨੇ ਲੁੱਟਖੋਰ ਕੀਤੀ ਆ, ਇਹਨਾਂ ਦੇ ਘਰ ਆ ਕੇ ਵਾਰਦਾਤ ਕੀਤੀ ਆ, ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ। ਜੇ ਪੁਲਿਸ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਕੁਤਾਹੀ ਵਰਤੀ, ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ, ਅਸੀਂ ਜਥੇਬੰਦੀ ਵੱਲੋਂ ਸੰਘਰਸ਼ ਤੇਜ਼ ਕਰਾਂਗੇ ਔਰ ਥਾਣਾ ਸਦਰ ਦਾ ਘਿਰਾਓ ਕਰਾਂਗੇ। ਜਾਂਚ ਅਧਿਕਾਰੀ ਜਿਹੜਾ ਉਹਨਾਂ ਦੇ ਮਹੱਲੇ ਦਾ ਦੱਸਿਆ ਜਾ ਰਿਹਾ, ਇਦਾਂ ਦੀ ਵੀ ਗੱਲ ਸਾਹਮਣੇ? ਪੀੜਤ ਪਰਿਵਾਰ ਦੇ ਕਹਿਣ ਮੁਤਾਬਕ ਇਹੀ ਆ ਕਿ ਜਿਹੜਾ ਜਾਂਚ ਅਧਿਕਾਰੀ ਆ ਉਹਨਾਂ ਦੇ ਮਹੱਲੇ ਦਾ ਆ, ਉਹਦੇ ਬਾਰੇ ਚਲੋ ਸਾਨੂੰ ਪੂਰਾ ਕਲੀਅਰ ਨਹੀਂ ਆ, ਪਰ ਜੋ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਮਹੱਲੇ ਦਾ ਆ, ਉਹ ਪੁਲਿਸ ਜਿਹੜੀ ਆ, ਮੈਂ ਤੇ ਪੁਲਿਸ ਕਮਿਸ਼ਨਰ ਨੂੰ ਇਹੀ ਬੇਨਤੀ ਕਰਦਾ ਕਿ ਜੇ ਜਾਂਚ ਅਧਿਕਾਰੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਮਿਲੀ ਭੁਗਤ ਆ ਤੇ ਉਹਨੂੰ ਬਦਲਿਆ ਜਾਣਾ ਚਾਹੀਦਾ ਆ ਔਰ ਸੱਚਾ ਕੋਈ ਜੋ ਇਨਵੈਸਟੀਗੇਸ਼ਨ ਅਫਸਰ ਆ ਉਹਨੂੰ ਲਾਇਆ ਜਾਵੇ ਤਾਂ ਕਿ ਪੀੜਤ ਨੂੰ ਇਨਸਾਫ ਮਿਲੇ। ਦੇਖੋ ਗਰੀਬ ਬੰਦੇ ਦੀ ਦੌੜ ਹੁੰਦੀ ਆ ਪੁਲਿਸ ਪ੍ਰਸ਼ਾਸਨ ਤੱਕ, ਤੇ ਜੇ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਆ ਤੇ ਫਿਰ ਗਰੀਬ ਜਾਵੇ ਕਿੱਥੇ? ਹੁਣ ਤੱਕ ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ? ਜੇ ਜਿੱਥੋਂ ਤੱਕ ਮੈਂ ਦੇਖਿਆ ਵੀ ਇੱਕ ਤਕਰੀਬਨ 20 ਦਿਨ ਇਸ ਚੀਜ਼ ਨੂੰ ਟਾਈਮ ਹੋ ਗਿਆ ਆ, ਹੁਣ ਤੱਕ ਪੁਲਿਸ ਇਹੋ ਨਹੀਂ ਵੈਰੀਫਾਈ ਕਰ ਸਕੀ ਕਿ ਚੋਰ ਅਸਲੀ ਹੈ ਕੌਣ ਆ, ਜਦਕਿ ਸੀਸੀਟੀਵੀ ਫੁਟੇਜ ਵਿੱਚ ਸਾਰਾ ਕਲੀਅਰ ਦਿਖ ਰਿਹਾ ਆ ਤੇ ਫਿਰ ਮੈਨੂੰ ਤਾਂ ਇਦਾਂ ਲੱਗਦਾ ਕੁਝ ਤਾਂ ਕਿਤੇ ਨਾ ਕਿਤੇ ਮਿਲੀ ਭੁਗਤ। ਦੂਜੇ ਪਾਸੇ ਇਸ ਸੰਬੰਧੀ ਜਦੋਂ ਪੁਲਿਸ ਥਾਣਾ ਸਦਰ ਦੇ ਮੁਖੀ ਰਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਮੋਬਾਈਲ ਖੋਣ ਦੀ ਕੋਈ ਵੀ ਸ਼ਿਕਾਇਤ ਉਹਨਾਂ ਨੂੰ ਨਹੀਂ ਦਿੱਤੀ ਗਈ, ਜਦਕਿ ਸਰਬਜੀਤ ਸਿੰਘ ਗੋਰਾ ਨਾਮਕ ਨੌਜਵਾਨ ਦੇ ਇਹਨਾਂ ਨੇ ਸੱਟਾਂ ਮਾਰੀਆਂ ਨੇ, ਜਿਸ ਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਇਹਨਾਂ ਖਿਲਾਫ ਪਰਚਾ ਦਰਜ ਕੀਤਾ ਗਿਆ। ਹੋਰ ਕੀ ਕਿਹਾ ਪੁਲਿਸ ਅਧਿਕਾਰੀਆਂ ਨੇ ਤੁਸੀਂ ਵੀ ਸੁਣੋ। ਸਰ, ਇੱਕ ਮੀਨਾ ਕੁਮਾਰੀ ਨਾਮ ਦੀ ਔਰਤ ਉਹਦੇ ਬੱਚਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਕੁਝ ਮਹੱਲੇ ਵਾਲਿਆਂ ਨੂੰ ਲੈ ਕੇ, ਕਿਹਾ ਕਿ ਸਾਡੇ ਘਰ ਕੋਈ ਇੱਦਾਂ ਮੋਬਾਈਲ ਚੋਰੀ ਦਾ ਕੇਸ ਹੋਇਆ ਸੀਗਾ, ਉਸ ਤੋਂ ਬਾਅਦ ਉਸ ਬੰਦੇ ਨੇ ਉਲਟਾ ਸਾਡੇ 'ਤੇ ਪਰਚਾ ਦਰਜ ਕਰਵਾ ਦਿੱਤਾ ਕੁੱਟਮਾਰ ਦਾ, ਅਤੇ ਸਾਡੇ 'ਤੇ ਮਾਂ ਦੇ 'ਤੇ ਅਤੇ ਮੇਰੀ 'ਤੇ ਕਹਿੰਦੇ ਵੀ ਪਿਤਾ ਦੇ ਉੱਤੇ ਵੀ ਪਰਚਾ ਦਰਜ ਹੋਇਆ, ਕੀ ਕਾਰਨ ਕੀ ਇਹਦਾ ਮਾਮਲਾ ਪਤਾ ਨਹੀਂ? ਹਾਂਜੀ, ਸਾਡੇ ਨਾ ਦਰਖਾਸਤ ਆਈ ਸੀ ਸਾਡੇ ਦੋਵਾਂ ਪਾਰਟੀਆਂ ਦੀ, ਅਤੇ ਅਸੀਂ ਦੋਵਾਂ ਪਾਰਟੀਆਂ ਦੇ ਡਾਕਟ ਕੱਟ ਕੇ ਦਿੱਤਾ ਸੀ। ਉਸ ਤੋਂ ਬਾਅਦ ਉਹਦੀ MLR ਰਿਪੋਰਟ ਆਈ ਦੋਵਾਂ ਪਾਰਟੀਆਂ ਦੀ, ਉਸ ਹਿਸਾਬ ਨਾਲ ਜੋ ਬਣਦੀ ਕਾਰਵਾਈ ਸੀ ਅਸੀਂ ਕਰਤੀ ਸੀ। ਜਿਹੜਾ ਸਰਬਜੀਤ ਸਿੰਘ ਉਰਫ ਵੱਲੋਂ ਇਹ ਲੈ ਕੇ ਆਇਆ ਸੀ MLR ਰਿਪੋਰਟ, ਉੱਤੇ ਬੰਦੇ ਜੋ ਮੀਨਾ ਕੁਮਾਰੀ ਅਤੇ ਰਾਮ ਸਿੰਘ ਅਤੇ ਇੱਕ ਉਹਨਾਂ ਦਾ ਬੇਟਾ ਸ਼ਾਇਦ 379-325-148-49 ਤਹਿਤ ਅਸੀਂ ਪਰਚਾ ਦਰਜ ਕੀਤਾ, ਅਤੇ ਦੂਜੀ ਪਾਰਟੀ ਦੀ ਜੋ ਅਸੀਂ ਬੰਦ ਦੀ ਕਾਰਵਾਈ ਸੀ ਉਹ ਕੀਤੀ। ਸਰਬਜੀਤ ਸਿੰਘ ਹੋਣਾ ਨੇ ਕੀ ਆਰੋਪ ਲਗਾਏ ਨੇ? ਸਰਬਜੀਤ ਸਿੰਘ ਹੋਣਾ ਇਹ ਆਰੋਪ ਲਾਏ ਵੀ ਸਾਡੇ ਬੇਟੇ ਨੂੰ ਇਹਨਾਂ ਨੇ ਕੁੱਟਿਆ ਮਾਰਿਆ ਬਹੁਤ ਆ, ਅਤੇ ਉਹਦੀ ਲੱਤ ਤੋੜਤੀ ਆ, ਲੱਤ ਤੋੜ ਕੇ ਬਾਅਦ 'ਚ ਮਰੋੜੇ ਵੀ ਦਿੱਤੇ ਲੱਤ ਨੂੰ, ਅਤੇ ਉਹ ਤੋਂ ਬਾਅਦ ਉਹਨਾਂ ਨੂੰ ਅਸੀਂ ਡਾਕਟਰ ਕੱਟ ਕੇ ਦਿੱਤਾ ਸੀ, ਅਤੇ ਜੋ MLR ਰਿਪੋਰਟ ਆਈ ਉਸ ਤੱਕ ਅਸੀਂ ਕਾਰਵਾਈ ਕੀਤੀ ਹੈ ਜੀ। ਔਰ ਉਹ ਇਹ ਨੇ ਕਿ ਮੋਬਾਈਲ ਤੋਂ ਉਹਨਾਂ ਦਾ ਖੋਇਆ ਸੀਗਾ, ਮਹੱਲੇ ਵਾਲਿਆਂ ਨੇ ਉਹਨੂੰ ਫੜਿਆ, ਮਹੱਲੇ ਵਾਲਿਆਂ ਨੇ ਕੋਲ ਫੜ ਕੇ ਉਹ ਮਾਫੀ ਮੰਗਾ ਕੇ ਮੋਬਾਈਲ ਲੈ ਲਿਆ ਵਾਪਸ ਅਤੇ ਛੱਡ ਦਿੱਤਾ, ਅਤੇ ਪਰਚਾ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਦਰਜ ਹੋ ਗਿਆ ਜੀ? ਨਹੀਂ, ਇਹਦੇ ਵਿੱਚ ਅਸੀਂ ਸਾਨੂੰ ਇਹਨਾਂ ਦੱਸਿਆ ਸੀ, ਪਰ ਇਹਨਾਂ ਦੇ ਅਗੇਂਸਟ ਇੱਦਾਂ ਦੀ ਕੋਈ ਇਹਨਾਂ ਨੇ ਦਰਖਾਸਤ ਨਹੀਂ ਦਿੱਤੀ ਸਾਨੂੰ ਵੀ ਸਾਡਾ ਇੱਦਾਂ ਕਰਕੇ ਚੋਰੀ ਕੀਤਾ ਮੋਬਾਈਲ, ਅਤੇ ਬਾਅਦ 'ਚ ਅਸੀਂ ਉਹ ਵੈਰੀਫਾਈ ਕੀਤਾ ਸਾਰਾ ਕੁਛ, ਉਹਦੇ ਆਧਾਰ 'ਤੇ ਅਸੀਂ ਪਰਚਾ ਦਰਜ ਕੀਤਾ ਦੂਜੀ ਪਾਰਟੀ। ਸੀਸੀਟੀਵੀ ਵੀਡੀਓ ਵੀ ਆਈਆਂ ਨੇ ਜਿਹਦੇ ਵਿੱਚ ਦੋ ਨੌਜਵਾਨ ਨੇ, ਉਹਨਾਂ ਨੇ ਮਤਲਬ ਮਹੱਲੇ ਵਾਲੇ ਸੱਦੇ ਨੇ ਫੜਿਆ ਇਹ ਨੌਜਵਾਨਾਂ ਨੂੰ, ਉਹਨਾਂ ਦਾ ਇੱਦਾਂ? ਹਾਂਜੀ, ਜੇ ਇਹਨਾਂ ਨੇ ਫੜਿਆ ਵੀ ਹੈਗਾ ਪਰ ਆਪਾਂ ਨੂੰ ਕੋਈ ਦਰਖਾਸਤ ਦਿੰਦੇ ਨਾ ਕਿ ਸਾਨੂੰ ਪੁਲਿਸ ਨੂੰ ਨੋਟ ਕਰਾਉਂਦੇ ਜਾਂ ਦੱਸਦੇ ਪੁਲਿਸ ਨੂੰ ਆ ਕੇ, ਪੁਲਿਸ ਨੂੰ ਦੱਸਿਆ ਦਾ ਮਤਲਬ ਇਹ ਥੋੜ੍ਹੀ ਬੰਦਾ ਫੜਦੇ, ਤੁਸੀਂ ਉਹਨੂੰ ਕੁੱਟਮਾਰ ਥੋੜ੍ਹੀ ਕਰ ਸਕਦੇ ਐਜ਼ ਪਰ ਲਾਅ। ਇਹਨਾਂ ਨੇ ਉਹਨੂੰ ਕੁੱਟਮਾਰ ਕਰਕੇ ਉਹਦੀ ਲੱਤ ਤੋੜੀ ਆ ਜੀ, ਫਿਰ ਜੋ ਵੀ ਉਹਦਾ ਬਣਦੀ ਕਾਰਵਾਈ ਸੀ ਅਤੇ ਅਸੀਂ ਅਮਲ ਵਿੱਚ ਲਿਆਂਦੀ। ਉਹਨਾਂ ਦੇ ਵੱਲੋਂ ਕੋਈ ਦਰਖਾਸਤ ਆਈ ਨਹੀਂ ਚੋਰੀ ਦੀ, ਕੋਈ ਵੀ ਇਹਨਾਂ ਦਾ ਕੋਈ
ਤੇ ਸਰ ਉਹਨਾਂ ਵਿੱਚ ਜਿਹੜਾ ਮੁੰਡੇ ਦੋ ਭੱਜੇ ਸੀ ਉਹਨਾਂ ਨੇ ਇੱਕ ਨੂੰ ਫੜਿਆ ਹੈ। ਹਾਂਜੀ ਤੇ ਇੱਕ ਤੇ ਭੱਜ ਗਿਆ ਸੀ। ਹਾਂਜੀ ਸਾਨੂੰ ਦਰਖਾਸਤ ਨਹੀਂ ਦਿੱਤੀ, ਉਹਨਾਂ ਨੇ ਦਰਖਾਸਤ ਦੇਣਗੇ ਤੇ ਅਸੀਂ ਕਾਰਵਾਈ ਕਰਾਂਗੇ ਜੀ। ਸਾਨੂੰ ਦਰਖਾਸਤ ਨਹੀਂ ਦਿੱਤੀ ਵੀ ਜਿਹਨੂੰ ਸੱਟ ਮਤਲਬ ਜਿਹਨੂੰ ਇਹਨਾਂ ਨੇ ਪਕੜਿਆ ਸੀ ਉਹਨੂੰ ਸੱਟਾਂ ਲੱਗੀਆਂ ਜੀ। ਹਾਂਜੀ ਉਹਨੂੰ ਸੱਟਾਂ ਲੱਗੀਆਂ ਜੀ। ਤੇ ਉਹਨਾਂ ਦਾ ਕਹਿਣਾ ਵੀ ਮਤਲਬ ਦੂਸਰੀ ਪਾਰਟੀ ਦਾ ਕਹਿਣਾ ਵੀ ਹੈ ਕਿ ਉਹ ਬੰਦਾ ਜੋਬ ਤੋਂ ਆ ਰਿਹਾ ਸੀ ਤੇ ਉਹਦਾ ਤੀਜਾ ਰਵੇ ਆ ਰਹੀ ਤਾਂ ਕਰਕੇ ਉਹਨੂੰ ਕੁੱਟਿਆ, ਉਹਨੂੰ ਹੋਰ ਕੋਈ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਗਈ, ਇਹਨੇ ਚੋਰੀ ਕੀਤੀ ਸੀ ਜਿਹੜੇ ਬੰਦਾ ਤੁਸੀਂ ਸੱਟਾਂ ਲੱਗੀਆਂ ਨਹੀਂ। ਮੈਂ ਤੁਹਾਨੂੰ ਉਹ ਦੱਸ ਰਿਹਾ ਵੀ ਸਾਨੂੰ ਇਹਨਾਂ ਦਰਖਾਸਤ ਨਹੀਂ ਦਿੱਤੀ ਚੋਰੀ ਵਾਲੀ ਤਾਂ ਕੋਈ, ਵੀ ਸਾਨੂੰ ਦਿੱਤੀ ਹੁੰਦੀ ਤੇ ਫਿਰ ਅਸੀਂ ਵੈਰੀਫਾਈ ਕਰਦੇ। ਸਾਨੂੰ ਤੇ ਦੂਜੀ ਪਾਰਟੀ ਨੇ ਆ ਕੇ ਜਾਂ ਇਹਨਾਂ ਨੇ ਦੱਸਿਆ ਵੀ ਸਾਡਾ ਝਗੜਾ ਹੋਇਆ, ਅਸੀਂ ਉਸ ਹਿਸਾਬ ਨਾਲ ਡਾਕਟਰ ਦਿੱਤੇ ਇਹਨਾਂ ਨੂੰ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਨਾ ਸਾਡੇ ਉਹਨਾਂ ਦੀ ਜੇਬੇ ਚੋਂ ਲੜਕੇ ਦੇ ਜੇਬੇ ਚੋਂ ਪੈਸੇ ਕੱਢੇ ਗਏ। ਹਾਂਜੀ ਹਾਂਜੀ ਇਹ ਉਹਦੇ ਜੇਬ ਚੋਂ ਦੱਸਦੇ ਵੀ 2500 ਰੁਪਇਆ ਜੇਬ ਚੋਂ ਕੱਢਿਆ ਹੋਇਆ, ਉਹਦੇ ਆਧਾਰ ਤੇ ਅਸੀਂ 379 ਲਾਈ ਹੈ, ਨਾਲ 325 148 ਮਤਲਬ ਰਾਤ ਨੂੰ ਜੋਬ ਤੋਂ ਆ ਰਿਹਾ ਸੀ ਉਹਦੀ ਵੈਰੀਫਾਈ ਕੀਤੀ ਗਈ ਜੇ ਜੋਬ ਤੋਂ ਆ ਰਹੇ ਕਿੱਥੋਂ ਆ ਰਿਹਾ ਸੀ? ਨਹੀਂ ਉਹ ਅਸੀਂ ਵੈਰੀਫਾਈ ਕੀਤਾ ਕਿਉਂਕਿ ਇਹਦੀ ਲੱਤ ਤੋੜੀ ਗਈ, ਉਸ ਹਿਸਾਬ ਨਾਲ ਅਸੀਂ ਇਹਨੂੰ ਡਾਕਟਰ ਦਿੱਤਾ ਸੀ। ਜੋ ਐਮ ਐਲ ਆਰ ਰਿਪੋਰਟ ਉਹਦੇ ਤੇ ਬੰਦੀ ਸੀ ਕਾਰਵਾਈ ਕੀਤੀ, ਲੱਤ ਤੁਸੀਂ ਦਿੱਤੀ ਸਰ। ਹਾਂਜੀ ਮਤਲਬ ਜਿਹੜਾ ਉਹ 11 ਵਿੱਚ ਕਿਹੜੇ ਜੋਬ ਤੋਂ ਆ ਰਿਹਾ ਸੀ, ਜਿਹੜੇ ਮਤਲਬ ਲਿਖੇ ਜਿਹੇ ਆਈਓ ਆਇਆ ਨਾ ਕਿ ਉਹ ਜੋਬ ਤੋਂ ਆ ਰਿਹਾ ਸੀ ਤੇ ਉਹਨੂੰ ਰਸਤੇ ਚ ਉਹਨੂੰ ਕੁੱਟਿਆ ਗਿਆ? ਉਹ ਤਫਤੀਸ਼ ਚੱਲ ਰਹੀ ਹੈ, ਉਸ ਹਿਸਾਬ ਨਾਲ ਜੋ ਵੀ ਬੰਦੀ ਉਹ ਕਾਰਵਾਈ ਕਰਾਂਗੇ। ਠੀਕ ਹੈ।